ਚੈਨਲ ਪ੍ਰਮੋਸ਼ਨ ਕਰਨ ਦੇ ਪੈਸੇ ਲੈਂਦੇ ਯਾਨ ਹੋ ਗਿਆ ਕਿ ਗੱਲ ਭੂਮੋਗਾ ਜੋ ਲੀਕ ਕਰਾਈ ਗੱਲ ਹੀ ਮੰਦੇ ਕੱਢਣਾ ਬਦਮਾਸ਼ੀ ਦੀ ਵੀਡੀਓ ਕਰ ਤੱਕ ਯਾਂ ਕਰ ਰਿਹਾ ਤੱਕ ਵਾਂ ਕਰ ਰਿਹਾ ਪਹਿਲੀ ਤੇ ਆਖਰੀ ਵੀਡੀਓ ਕਿ ਸਾਡਾ ਵੀ ਚਾਰ ਬੰਦੇ ਨਾਲ ਸਲਾਮ ਦੁਆ ਹੈ ਫਿਲਾਨਾ ਮੇਰਾ ਪੁਲਿਸ ਅਸਲਾਮ ਵਾਲੇਕੁਮ ਦੋਸਤੋ ਕੀ ਹਾਲ ਚਾਲ ਹੈ ਜਨਾਬ ਮੇਰਾ ਨਾਮ ਹੈ ਮੰਜ਼ਰ ਅਬਾਸ ਔਰ ਤੁਸਾਂ ਮੇਰੇ ਚੈਨਲ ਤੋਂ YouTube ਚੈਨਲ ਅਨੇ ਖਾਨ ਜਨਾਬ ਇਸ ਟਾਈਮ ਮੈਂ ਮੌਜੂਦ ਹਾਂ ਆਪਣੇ ਅਮਨਪੁਰ ਸਿਆਲ ਦੇ ਵਿੱਚ ਅੱਜ ਤੁਹਾਡੇ ਨਾਲ ਚੰਦ ਗੱਲ ਹੀ ਬੜੀਆਂ ਜ਼ਰੂਰੀ ਕਰਨਾ ਚਾਹੁੰਦਾ ਕਿਉਂਕਿ ਸੋਸ਼ਲ ਮੀਡੀਆ 'ਤੇ ਥੋੜ੍ਹੀ ਜਿਹਾ ਅਫਰਾ ਤਫਰੀ ਮੱਚੀ ਹੋਈ ਹੈ ਜ਼ੈਦ ਮਸਤੋਈ ਔਰ ਵਿਲਾ ਮੁੰਡੇ ਦੀ ਅਤੇ ਜ਼ੈਦ ਮਸਤੋਈ ਬਾਈ ਉਹਦੀ ਤੁਹਾਨੂੰ ਜਿਤਨੀ ਇੱਕ ਪਰਮਿਸ਼ਨ ਚਾਹੀਦੀ ਹੈ ਅਸਾਂ ਤੁਹਾਨੂੰ ਦਿਸਾ ਹੈ ਇਸ ਵੀਡੀਓ ਦੇ ਵਿੱਚ ਕਿਉਂਕਿ ਵਿਲਾ ਮੁੰਡੇ ਨੂੰ ਮੈਂ ਮਿਲਿਆ ਮੈਨੂੰ ਪਤਾ ਉਹ ਕਿਹੋ ਜਿਹਾ ਬੰਦਾ ਹੈ ਵਿਲਾ ਮੁੰਡਾ ਕਿਹੋ ਜਿਹਾ ਬੰਦਾ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਹੋਈ ਸੀ ਇਸ ਵੀਡੀਓ ਦੇ ਵਿੱਚ ਕਿਉਂਕਿ ਮੈਂ ਉਹਨੂੰ ਮਿਲਿਆ ਅਤੇ ਉਹਦੇ ਨੂੰ ਅੱਛੀ ਤਰੀਕੇ ਮੈਂ ਸਮਝਦਾ ਬਾਕੀ ਜ਼ੈਦ ਮਸਤੋਈ ਬਾਈ ਸਰੈਕੀ ਬ੍ਰਾਂਡ ਬੜਾ ਵੱਡਾ ਸਟਾਰ ਹੈ ਟਿਕਟੋਕ ਦਾ ਅਤੇ ਇਨਸ਼ਾਅੱਲਾ ਉਹਨਾਂ ਦੇ ਵਿੱਚ ਚੰਦ ਗੱਲ ਹੀ ਤੁਹਾਡੇ ਨਾਲ ਕਰਨਾ ਚਾਹੁੰਦਾ ਪੰਜਾਬ ਬਾਈ ਚੈਨਲ 'ਤੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਗਰ ਵੀਡੀਓ ਨਹੀਂ ਲਾਈਕ ਮਾਰੀ ਤਾਂ ਵੀਡੀਓ ਨੂੰ ਲਾਈਕ ਮਾਰ ਅਤੇ ਇਨਸ਼ਾਅੱਲਾ ਮੰਜ਼ਰ ਪਰਦੇਸੀ ਔਰ ਫਨੇ ਖਾਨ ਹਾਜ਼ਰ ਹੋਣ ਸੀ ਅਤੇ ਇਸ ਤਰੀਕੇ ਵੀਡੀਓ ਆਉਂਦੀ ਆ ਰਾਸਨ ਵੀ ਜਿਹੜਾ ਜ਼ੈਦ ਮਸਤੋਈ ਉਹ ਕਿਦਾਂ ਮੁਹੰਮਦ ਸ਼ਹਜ਼ਾਦ ਔਰ ਵਿਲੇ ਮੁੰਡੇ ਨੂੰ ਮਿਲਣ ਗਿਆ ਚੌਕ ਮੁੰਡੇ ਦੇ ਵਿੱਚ ਅਤੇ ਉਸ ਕੁਛ ਪੈਸਿਆਂ ਦੀ ਮੰਗ ਕੀਤੀ ਹੈ ਯਕੀਨ ਕਰੋ ਸਾਡੇ ਭਾਈਆਂ ਸਟਾਰ ਜਿਤਨੇ ਕਿ ਅਸਾਂ ਯੂਟਿਊਬਰ ਹੈ ਅੱਲਾ ਪਾਕ ਸਾਨੂੰ ਵੀ ਕਾਮਯਾਬੀ ਅਤਾ ਫਰਮਾਏ ਔਰ ਜਿਤਨੇ ਕੁ ਯੂਟਿਊਬਰ ਹਨ ਸਾਡੇ ਭਾਈਆਂ ਸਰੈਕੀ ਬ੍ਰਾਂਡ ਤਾਂ ਉਹਨੇ ਮੇਰੇ ਭਾਈ ਹਨ ਕਿਉਂਕਿ ਕਾਫੀ ਲੋਕ ਹਨ ਮੁਜ਼ੱਫਰਗੜ੍ਹ ਦੇ ਮੇਰੇ ਦੋਸਤ ਹਨ ਉਹ ਵੀ ਸਰੈਕੀ ਹਨ ਪਏ ਅਤੇ ਇਨਸ਼ਾਅੱਲਾ ਤੁਸਾਂ ਲੋਕਾਂ ਨਾਲ ਮੈਂ ਮੁਹੱਬਤਾ ਕਰਨਾ ਮੈਂ ਕਿਸੇ ਦੇ ਕੋਈ ਖਿਲਾਫ਼ ਵੀਡੀਓ ਨਹੀਂ ਬਣਾ ਰਿਹਾ ਲੋਕ ਸੋਚਦੇ ਕਿ ਇਹ ਖਿਲਾਫ਼ ਵੀਡੀਓ ਨਹੀਂ ਅਸਾਂ ਕਿਸੇ ਦੇ ਖਿਲਾਫ਼ ਬਸ ਮੈਂ ਇਹ ਚਾਹੁੰਦਾ ਕਿ ਇਹ 'ਚ ਕੁਛ ਦਾ ਇਹਨੂੰ ਮਿਲ ਜੁਲ ਕੇ ਸੁਲਝਾਇਆ ਜਾਵੇ ਅਤੇ ਮੁਹੰਮਦ ਸ਼ਹਜ਼ਾਦ ਮਿਲਣ ਦੇ ਕੋਈ ਪੈਸੇ ਨਹੀਂ ਲੈਂਦਾ ਬਾਕੀ ਚੈਨਲ ਪ੍ਰਮੋਸ਼ਨ ਕਰਨ ਦੇ ਪੈਸੇ ਲੈਂਦਾ ਜਿਹੜੀ ਗੱਲ ਹੈ ਉਸ ਆਪਣੀ ਵੀਡੀਓ ਦੇ ਵਿੱਚ ਵੀ ਦੱਸੀ ਹੈ ਮੈਂ ਉਹਨੂੰ ਪਰਸਨਲ ਮਿਲਿਆ ਉਸੇ ਗੱਲ ਕੀਤੀ ਹੈ ਬਾਕੀ ਉਹ ਸਟਾਰ ਹਨ ਹੋ ਸਕਦਾ ਹੈ ਬਾਈ ਮੁਹੰਮਦ ਸ਼ਹਜ਼ਾਦ ਜਿਹੜਾ ਹੈ ਉਹਦੇ ਕੋਲੋਂ ਜਿਹੜੇ ਨਾ ਪੈਸੇ ਨਾਲ ਮੰਗਣੇ ਚਾਹੀਦੇ ਚਲੋ ਥੋੜ੍ਹੀ ਜਿਹੀ ਗੁਫ਼ਤਗੂ ਕਰ ਲਵਿਆ ਪਰ ਹੁਣ ਤਾਂ ਗੱਲ ਬਹੁਤ ਅੱਗਾਂ ਵੱਜ ਚੁੱਕੀ ਹੈ ਜਨਾਬ ਅਸਾਂ ਸੋਚਦੇ ਹਰੀਆਂ ਹੋ ਗਏ ਹੈ ਕਿ ਗੱਲ ਬਹੁਤ ਅੱਗਾਂ ਜਾ ਚੁੱਕੀ ਹੈ ਅਸਾਂ ਨੂੰ ਇਸ ਚੀਜ਼ ਦਾ ਜਾ ਚੁੱਕੀ ਹੈ ਅਸਾਂ ਨੂੰ ਇਸ ਚੀਜ਼ ਦਾ ਬਾਕੀ ਤੁਸੀਂ ਥੋੜ੍ਹੀ ਜਿਹੀ ਇਹ ਵੇਖ ਸਕਦੇ ਹੋ ਵਿਲਾ ਮੁੰਡਾ ਵਿੱਚ ਕੀ ਆਉਂਦਾ ਵੀਡੀਓ ਲੀਕ ਕਰਾਈ ਗੱਲ ਹੀ ਮੰਦੇ ਕੱਢਣਾ ਬਦਮਾਸ਼ੀ ਦੀ ਵੀਡੀਓ ਕਰਾਈ ਤੱਕ ਯਾਂ ਕਰ ਰਿਹਾ ਤੱਕ ਵਾਂ ਕਰ ਰਿਹਾ ਪਹਿਲੀ ਤੇ ਆਖਰੀ ਵੀਡੀਓ ਕਿ ਸਾਡਾ ਵੀ ਚਾਰ ਬੰਦਿਆਂ ਨਾਲ ਸਲਾਮ ਦੁਆਏ ਤੁਸੀਂ ਵਿਲਾ ਮੁੰਡੇ ਦੀ ਗੱਲ ਸੁਣ ਲਈ ਸੀ ਬਾਕੀ ਜ਼ੈਦ ਮਸਤੋਈ ਬਾਈ ਮੈਂ ਤੁਸਾਂ ਨੂੰ ਸਲਾਮ ਲਾਇਕ ਕਰਨਾ ਇਨਸ਼ਾਅੱਲਾ ਅਗਰ ਜ਼ਿੰਦਗੀ ਰਹੀ ਤਾਂ ਮੈਂ ਤੁਹਾਨੂੰ ਜ਼ਰੂਰ ਮਿਲਸਾਂ ਤੁਹਾਡੇ ਆਪਣੇ ਸ਼ਹਿਰ ਦੇ ਵਿੱਚ ਆ ਅਤੇ ਬਾਕੀ ਇਸ ਤਰੀਕੇ ਬਾਈ ਜ਼ੈਦ ਮਸਤੋਈ ਬਾਈ ਤੁਸਾਂ ਕੁਛ ਜਿਹੜਾ ਨਾ ਯਾਰ ਸਲੋ ਮੋਸ਼ਨ ਫਦੋ ਤੁਸਾਂ ਉਹਨਾਂ ਨਾਲ ਮੁਹੱਬਤਾਂ ਕਰੋ ਇਨਸ਼ਾਅੱਲਾ ਵਿਲੇ ਮੁੰਡੇ ਨੂੰ ਮੈਂ ਆਉਣਾ ਕਿ ਤੁਸਾਂ ਉਹ ਵੀ ਤੁਹਾਡੇ ਨਾਲ ਮੁਹੱਬਤਾਂ ਕਰੇ ਸੀ ਕਿਉਂਕਿ ਇਹ ਸੋਸ਼ਲ ਮੀਡੀਆ ਇਹਦੇ ਵਿੱਚ ਉਹਨੂੰ ਫੇਮ ਦਿੰਦੀ ਹੈ ਜਿਹੜਾ ਇੱਕ ਅੱਛਾ ਇੱਕ ਕੰਟੈਂਟ ਲੈ ਕੇ ਆਵੇ ਸਾਹਮਣੇ ਅੱਛਾ ਕੰਟੈਂਟ ਜਿਹੜਾ ਅੱਛਾ ਕੰਟੈਂਟ ਲੈ ਕੇ ਆਉਂ ਸੀ ਯੂਟਿਊਬ ਉਹਨੂੰ ਸਪੋਰਟ ਕਰੇ ਸੀ ਔਰ ਫੈਮਿਲੀ ਵੀ ਇਹ ਫੈਮਿਲੀ ਮੈਂਬਰ ਹਨ ਸਾਡੇ ਜਿਹੜੀ ਸਾਡੀਆਂ ਵੀਡੀਓ ਵੇਖਦੇ ਹਨ ਇਹ ਸਾਡੇ ਫੈਮਿਲੀ ਮੈਂਬਰ ਹਨ ਭਰਾ ਹਨ ਇਨਸ਼ਾਅੱਲਾ ਛੋਟਾ ਜਿਹਾ ਮੈਸੇਜ ਤੁਹਾਡੇ ਤੱਕ ਪਹੁੰਚਾਉਣਾ ਚਾਹੁੰਦਾ ਹਾਂ ਬਈ ਅਗਰ ਵੀਡੀਓ ਪਸੰਦ ਆਈ ਹੈ ਤਾਂ ਚੈਨਲ ਨੂੰ ਲਾਈਕ ਔਰ ਸਬਸਕ੍ਰਾਈਬ ਮਾਰਨਾ ਹੈ ਅਗਰ ਕਮੈਂਟ ਨਹੀਂ ਕੀਤਾ ਤਾਂ ਕਮੈਂਟ ਜ਼ਰੂਰ ਕਰੇ ਸੋ ਇਨਸ਼ਾਅੱਲਾ ਇਹੋ ਜਿਹੀਆਂ ਵੀਡੀਓ ਸਾਡੀਆਂ ਆਉਂਦੀਆਂ ਰਹਿਣ ਅਤੇ ਇਸ ਵੀਡੀਓ ਦੇ ਵਿੱਚ ਮੈਨੂੰ ਇਜਾਜ਼ਤ ਦਿਓ ਅੱਲਾ ਹਾਫਿਜ਼।